ਇਵਰੀਵਨ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਪੰਜਾਬ ਹਿਸਟਰੀ ਦਾ ਐਪੀਸੋਡ 2 ਜਿਹਨਾਂ ਨੂੰ ਨਹੀਂ ਪਤਾ ਜੋ ਪਹਿਲੀ ਵਾਰੀ ਆ ਵੀਡੀਓ ਦੇਖ ਰਹੇ ਨੇ ਉਹਨਾਂ ਵਾਸਤੇ ਇੱਕ ਛੋਟੀ ਜੀ ਗਾਈਡੈਂਸ ਹੈ ਆਪਾਂ ਹਿਸਟਰੀ ਨੂੰ ਸੌਖਾ ਬਣਾਉਣ ਲਈ ਇੱਕ ਛੋਟਾ ਜਿਹਾ ਤਰੀਕਾ ਲੱਭਿਆ ਹਿਸਟਰੀ ਮੇਰਾ ਫੇਵਰਿਟ ਸਬਜੈਕਟ ਹੈ ਤੇ ਮੈਂ ਚਾਹੁੰਦੀ ਆ ਤੁਹਾਡਾ ਵੀ ਬਹੁਤ ਜਲਦੀ ਫੇਵਰਿਟ ਸਬਜੈਕਟ ਬਣ ਜਾਏ ਜਦੋਂ ਆਪਾਂ ਹਿਸਟਰੀ ਨੂੰ ਛੋਟੇ ਛੋਟੇ ਸਟੋਰੀਜ਼ ਐਨੈਕਡੋਟਸ ਦੀ ਫਾਰਮ ਵਿੱਚ ਪੜ੍ਹਦੇ ਆ ਹਿਸਟਰੀ ਪੜ੍ਹਨੀ ਬਹੁਤ ਸੌਖੀ ਹੋ ਜਾਂਦੀ ਹੈ ਉਹੀ ਆਪਾਂ ਤਰੀਕਾ ਹੁਣ ਅਜ਼ਮਾਨਾਂ ਮੈਂ ਤੁਹਾਨੂੰ ਲਾਸਟ ਐਪੀਸੋਡ 'ਚ ਇੱਕ ਇੱਕ ਛੇ ਵਾਰ ਵਾਰ ਇੱਕ ਛੋਟੇ ਛੋਟੀ ਸਟੋਰੀ ਦੱਸਣੀ ਸ਼ੁਰੂ ਤੇ ਮੁਹੰਮਦ ਗਜ਼ਨੀ ਦੇ ਲੜਾਈ ਬਾਰੇ ਦੱਸਿਆ ਸੀਗਾ ਇੰਡਸ ਵੈਲੀ ਸਿਵਲਾਈਜੇਸ਼ਨ ਬਾਰੇ ਦੱਸਿਆ ਸੀ ਹੁਣ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਰੀਕੈਪ ਵੀ ਦਵਾਂਗੀ ਅੱਜ ਦਾ ਆਪਾਂ ਪੜਨ ਜਾ ਰਹੇ ਹਾਂ ਰਾਈਜ਼ ਆਫ ਰਾਜਪੂਤਸ ਪ੍ਰਥਵੀਰਾਜ ਚਹਾਹਨ ਤੇ ਮੁਹੰਮਦ ਗੋਰੀ ਦੀ ਲੜਾਈ ਬਾਰੇ ਪੜਾਂਗੇ ਅਗਲੇ ਐਪੀਸੋਡਸ ਆਪਾਂ ਦਿੱਲੀ ਸਲਤਨਤ ਬਾਰੇ ਪੜਾਂਗੇ ਤੇ ਇਸ ਕਰਨਾ ਆਪਾਂ ਜੋ ਵੀ ਤੁਹਾਡਾ ਇੰਪੋਰਟੈਂਟ ਪੰਜਾਬ ਦੇ ਬੇਸ ਤੇ ਤੁਹਾਡੇ ਜੋ ਵੀ ਹਿਸਟਰੀ ਦੇ ਕੰਪੋਨੈਂਟਸ ਬੰਦੇ ਆ ਉਹ ਤੁਹਾਨੂੰ ਛੋਟੇ ਛੋਟੇ ਸਟੋਰੀਜ਼ ਦੇ ਫਾਰਮ ਵਿੱਚ ਯਾਦ ਹੋਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਕੁਝ ਨਹੀਂ ਕਰਨਾ ਬਸ ਧਿਆਨ ਨਾਲ ਹਰ ਐਪੀਸੋਡ ਨੂੰ ਸੁ ਕੋਈ ਵੀ ਕੁਐਰੀਜ਼ ਹੈ ਤੁਸੀਂ ਉਹਨੂੰ ਕਮੈਂਟਸ 'ਚ ਪੁੱਛ ਸਕਦੇ ਹੋ ਹੁਣ ਆਪਾਂ ਸ਼ੁਰੂ ਕਰਦੇ ਆਂ ਪਹਿਲਾਂ ਇੱਕ ਛੋਟਾ ਜਿਹਾ ਰੀਕੈਪ ਲੈ ਲੈਂਦੇ ਆ ਜੋ ਆਪਾਂ ਸੀਰੀਜ਼ ਸ਼ੁਰੂ ਕੀਤੀਆਂ ਹੈ ਇਹਦੇ ਵਿੱਚ ਪਹਿਲਾਂ ਆਪਾਂ ਸਿਲੇਬਸ ਡਿਸਕਸ ਕੀਤਾ ਸੀ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਇੰਪੋਰਟੈਂਸ 'ਤੇ ਕਿਹੜੇ-ਕਿਹੜੇ ਤੁਹਾਡੇ ਟੌਪਿਕਸ ਬਣਦੇ ਆ ਪੰਜਾਬ ਦੇ ਬੇਸ ਤੇ ਆ ਸਾਰੇ ਟੌਪਿਕਸ ਨੇ ਜੋ ਇੱਕ-ਇੱਕ ਕਰਕੇ ਮੈਂ ਵੈਬ ਸੀਰੀਜ਼ 'ਚ ਤੁਹਾਨੂੰ ਦੱਸ ਹੀ ਜਾਊਂਗੀ ਤੇ ਆਪਾਂ ਉਹਨੂੰ ਕਵਰ ਅਪ ਕਰਦੇ ਰਵਾਂਗੇ ਹੁਣ ਸਭ ਤੋਂ ਪਹਿਲਾਂ ਆਪਾਂ ਸਟਾਰਟ ਕੀਤਾ ਸੀਗਾ 1947 ਵਿੱਚ ਵੰਡ ਹੋ ਗਈ ਸੀ ਤੇ ਪੰਜਾਬ ਪਹਿਲਾਂ ਇੱਕ ਬਹੁਤ ਵੱਡਾ ਪ੍ਰੋਵਿੰਸ ਹੁੰਦਾ ਸੀਗਾ ਜਿਹੜਾ ਦੋ ਭਾਗਾਂ 'ਚ ਵੰਡਿਆ ਗਿਆ ਇੱਕ ਪਾਸਾ ਜਿਹੜਾ ਸੀਗਾ ਉਹ ਤੁਹਾਡਾ ਪਾਕਿਸਤਾਨ ਨਾਲ ਚਲਾ ਗਿਆ ਉਹਨਾਂ ਦੀ ਪ੍ਰੋਵਿੰਸ ਬਣ ਗਈ ਇੱਕ ਪਾਸਾ ਆਪਣੇ ਇੰਡੀਆ ਵੱਲ ਆ ਗਿਆ ਜੋ ਆਪਣੀ ਸਟੇਟ ਬਣ ਗਈ ਉਸ ਸਮੇਂ ਦਾ ਆਪਾਂ ਪੜਿਆ ਜੋ ਇੰਡਸ ਵੈਲੀ ਸਿਵਲਾਈਜੇਸ਼ਨ ਸਭ ਤੋਂ ਪੁਰਾਣੀ ਸਿਵਲਾਈਜੇਸ਼ਨ ਆ ਜਾਂਦੀ ਹੈ ਇੰਡਸ ਵੈਲੀ ਸਿਵਲਾਈਜੇਸ਼ਨ ਉਹਦੇ ਕੁਝ ਸਪੌਟਸ ਆਉਂਦੇ ਸੀਗੇ ਜੋ ਮੋਹਨਜੋਦਾਰੋ ਤੇ ਹੜੱप्पा ਆਂਦਾ ਸੀਗਾ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਸਪੌਟਸ ਕਹਿੰਦੇ ਨਾ ਜੋ ਮੇਨ ਆ ਜਾਂਦਾ ਹੈ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਉਹ ਮੋਹਨਜੋਦਾਰੋ ਤੇ ਹੜ ਕਿੱਥੇ ਹੋ ਗਏ ਪਾਕਿਸਤਾਨ ਵਾਲੇ ਪਾਸੇ ਚਲੇ ਗਏ ਫਿਰ ਮੈਂ ਤੁਹਾਨੂੰ ਪੰਜਾਬ ਦੇ ਬੇਸਿਸ ਸੇ ਦੱਸਿਆ ਸੀਗਾ ਆ ਤੁਹਾਡਾ ਮੈਪ ਸੀਗਾ ਕਿੱਧਰ ਕਿਹੜਾ ਕਿਹੜਾ ਪਾਸਾ ਬੰਦ ਹੈ ਜਿਵੇਂ ਕਾਲੀਬੰਗਨ ਆਪਾਂ ਪੜਿਆ ਸੀ ਰਾਖੀਗੜ ਪੜਿਆ ਸੀਗਾ ਆਪਾਂ ਹੜੱਪਾ ਆਪਾਂ ਲੋਥਲ ਬਾਰੇ ਆ ਸਾਰੀ ਚੀਜ਼ਾਂ ਬਾਰੇ ਆਪਾਂ ਲਾਸਟ ਐਪੀਸੋਡ ਚ ਪੜ ਚੁੱਕੇ ਆ ਤੁਹਾਨੂੰ ਮੈਪ ਦੇ ਥਰੂ ਮੈਂ ਸਟੱਡੀ ਕਰਾਈ ਸੀ ਉਹ ਜ਼ਰੂਰ ਦੇਖ ਲੈਣਾ ਫਿਰ ਜੋ ਪੰਜਾਬ ਦੇ ਬੇਸਿਸ ਤੇ ਤੁਹਾਡਾ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਇੱਕ ਇੰਪੋਰਟੈਂਟ ਸਪੌਟ ਬੰਦਾ ਹੈ ਉਹ ਹੈ ਰੋਪੜ ਜਿਹਦਾ ਪੁਰਾਣਾ ਨਾਮ ਕੀ ਸੀਗਾ ਰੂਪਨਗਰ ਜਿਹੜਾ ਕਿਦੇ ਨਾਮ ਤੋਂ ਪਿਆ ਸੀਗਾ ਰੂਪਸੈਨ ਦੇ ਨਾਮ ਤੋਂ ਪਿਆ ਸੀਗਾ ਜੋ ਰਾਜਾ ਰੋਕੇਸ਼ਰ ਦਾ ਹੁੰਦਾ ਸੀਗਾ ਹੁਣ ਤੁਸੀਂ ਆ ਚੀਜ਼ਾਂ ਤੁਹਾਨੂੰ ਬਰੀਫ ਚ ਦੱਸ ਚੁੱਕੇ ਕਿਆ ਮੈਂ ਪਹਿਲਾਂ ਹੀ ਕੀ ਤੁਹਾਨੂੰ ਸਿਵਲਾਈਜੇਸ਼ਨ ਬਾਰੇ ਫਿਰ ਆਪਾਂ ਸ਼ੁਰੂ ਕੀਤਾ ਸੀ ਮੁਹੰਮਦ ਗਜ਼ਨੀ ਮੁਹੰਮਦ ਗਜ਼ਨੀ ਨੇ ਕਿੰਨੀ ਵਾਰੀ ਇੱਕ ਅਟੈਕ ਕੀਤਾ ਸੀਗਾ ਕਿਦ ਤਰੋ ਐਂਟਰੀ ਲੈਂਦੇ ਸੀਗੇ ਕੋਈ ਵੀ ਸਿਕਾ ਰੂਲਰ ਸੀਗਾ ਮੁਸਲਮ ਰੂਲਰ ਸੀਗਾ afghanistan turk ਦੇ ਪਾਸੋਂ ਆ turk ਸੀਗੇ ਸਾਰੇ ਆ ਕਿਦ ਤਰੋ ਐਂਟਰੀ ਲੈਣੀ ਹੈ ਜੇ ਉਹਨੇ ਪੰਜਾਬ ਚ ਵੜਨਾ ਹੈ ਪੰਜਾਬ ਨੂੰ ਹੀ ਉਹਨਾਂ ਨੂੰ ਸਭ ਤੋਂ ਪਹਿਲਾਂ ਅਟੈਕ ਕਰਨਾ ਪਏਗਾ ਤੇ ਪੰਜਾਬ 'ਚ ਅਟੈਕ ਹੁੰਦਾ ਸੀਗਾ ਮੁਹੰਮਦ ਗਜ਼ਨੀ ਨੇ 17 ਵਾਰ ਅਟੈਕ ਕੀਤਾ ਹੈ ਟੋਟਲ ਸਭ ਤੋਂ ਪਹਿਲਾਂ ਉਹਨੇ ਪੰਜਾਬ ਵਿੱਚ ਉਹਦਾ ਆਖਰੀ ਅਟੈਕ ਸੀਗਾ ਜਿਹੜਾ ਗੁਜਰਾਤ ਸੋਮਨਾਥ ਵਾਲੇ ਪਾਸੇ ਉਹਦਾ ਲਾਖਰੀ ਅਟੈਕ ਆਇਆ ਸੀਗਾ ਫਿਰ ਤੁਹਾਨੂੰ ਇੱਕ ਦੱਸਾਂ ਜਦੋਂ ਉਹਦਾ ਲਾਸਟ ਅਟੈਕ ਸੀਗਾ ਉਹਨੇ ਕੀ ਕੀਤਾ ਸੀਗਾ ਮੁਹਮੂਦ ਗਜ਼ਨੀ ਨੇ ਸੋਮਨਾ ਟੈਂਪਲ ਵਿੱਚ ਜੋਤਰ ਲਿੰਗਾ ਇੱਕ ਤੁਸੀਂ ਕਹਿੰਦੇ ਮੂਰਤ ਉਹਨੂੰ ਤੋੜਤਾ ਸੀਗਾ ਜਿਦੇ ਵਿੱਚ ਲੋਕਾਂ ਨੇ ਆ ਸੋਚਣਾ ਸ਼ੁਰੂ ਕੀਤਾ ਕਿ ਅੱਜ ਉਹਨੇ ਮੂਰਤੀ ਨੂੰ ਤੋੜਿਆ ਮਤਲਬ ਐਦਾ ਕਿੰਗਡਮ ਐਦਾ ਰੂਲ ਖਤਮ ਹੈ ਹੁਣ ਅਦਾ ਅੰਤ ਆਣ ਵਾਲਾ ਹੈ ਉਹੀ ਹੋਇਆ ਐਦਾ ਅੰਤ ਆ ਗਿਆ ਇੱਕ ਆਪਾਂ ਛੋਟੀ ਜੀ ਸਟੋਰੀ ਜ਼ਰੂਰ ਪੜੀ ਸੀਗੀ ਮਹਾਰਾਜਾ ਜੈਪਾਲ ਤੇ ਮੁਹੰਮਦ ਗ਼ਜ਼ਨੀ ਦੀ ਜਿਦੇ ਵਿੱਚ ਆਪਾਂ ਦੱਸਿਆ ਸੀਗਾ ਕਿ ਪਹਿਲਾਂ ਹਿੰਦੂ ਸ਼ਾਹੀ ਡਾਇਨੇਸਟੀ ਚੱਲ ਰਹੀ ਸੀਗੀ ਤੇ ਮੁਹੰਮਦ ਗ਼ਜ਼ਨੀ ਨੇ ਅਟੈਕ ਕੀਤਾ ਸੀਗਾ ਜਿੱਦ ਕਿ ਨੇਪਾਲੀ ਪਰ ਰਾਜਾ ਜੈਪਾਲ ਜਿਹੜਾ ਸੀਗਾ ਆਪਣਾ ਉਹ ਹਾਰ ਚੁੱਕਾ ਸੀਗਾ ਭਾਵੇਂ ਉਹਦੇ ਕੋਲ ਬਹੁਤ ਟ੍ਰੂਪ ਸੀ ਬਹੁਤ ਜ਼ਿਆਦਾ ਸੇਨਾ ਸੀਗੀ ਪਰ ਤਾਂ ਵੀ ਉਹ ਹਾਰ ਗਿਆ ਸੀਗਾ ਤੇ ਕਿੰਨੇ ਜਿੱਤ ਲਿਆ ਸੀਗਾ ਮੁਹੰਮਦ ਗਜ਼ਨੀ ਜਿੱਤ ਗਿਆ ਸੀਗਾ ਠੀਕ ਹੈ ਆਪਾਂ ਪੜਿਆ ਸੀ ਆਪਾਂ ਪੁਰਾਣਾ ਛੋਟਾ ਜਿਹਾ ਰੀਕੈਪ ਐਪੀਸੋਡ 1 ਵਿੱਚ ਅੱਜ ਦਾ ਐਪੀਸੋਡ 2 ਬਹੁਤ ਇੰਟਰਸਟਿੰਗ ਹੋਣ ਵਾਲਾ ਹੈ ਇਹਦੇ ਵਿੱਚ ਆਪਾਂ ਰਾਈਸ ਆਫ ਰਾਜਪੂਟਸ ਪੜਾਂਗੇ ਪૃthਵੀਰਾਜ चौहान ਬਾਰੇ ਪੜਾਂਗੇ ਤੇ ਆਪਾਂ ਮੁਹੰਮਦ ਗੋਰੀ ਬਾਰੇ ਪੜਾਂਗੇ ਹੋਂਤ ਨੂੰ ਸ਼ੁਰੂ ਕਰਦੇ ਆ ਐਪੀਸੋਡ ਬਾਰੇ ਇਹਦੇ ਵਿੱਚ ਆਪਾਂ ਬੈਟਲ ਆਫ ਤਰਾਇਨ 1 ਬੈਟਲ ਆਫ ਤਰਾਇਨ 2 ਵੀ ਪੜਨ ਲੱਗੇ ਹਾਂ rise of rajputs ਆ ਸਭ ਨੂੰ ਪਤਾ ਹੈ ਕਿ ਪਹਿਲਾਂ ਕਿਹੜੀ ਚੱਲ ਰਹੀ ਸੀ ਹਿੰਦੂ ਸ਼ਾਹੀ ਡਾਇਨੈਸਟੀ ਚੱਲ ਰਹੀ ਸੀ ਹੁਣ ਹਿੰਦੂ ਸ਼ਾਹੀ ਡਾਇਨੈਸਟੀ ਕੀ ਹੋ ਗਿਆ ਐਂਡ ਹੋ ਗਿਆ ਮੁਹੰਮਦ ਜੋ ਆਪਣਾ ਗਜ਼ਨੀ ਸੀ ਉਹਨੇ ਹਰਾਤਾ ਆਪਣਾ ਨਹੀਂ ਸੀ ਵੈਸੇ ਚਲੋ ਮੁਹੰਮਦ ਗਜ਼ਨੀ ਸੀ ਉਸ ਤੋਂ ਬਾਅਦ rise of rajputs ਹੁਣ ਰਾਜਪੂਤ ਦੀ ਡਿਫਰੈਂਟ ਡਿਫਰੈਂਟ ਡਾਇਨੈਸਟੀਆਂ ਆਂਦੀਆਂ ਆਪਾਂ ਕਿਹਨੂੰ ਕਰਨਾ ਟਾਰਗੇਟ ਪੰਜਾਬ ਵਾਲੇ ਏਰੀਆ ਨੂੰ ਟਾਰਗੇਟ ਕਰਨਾ ਹੈ ਪੰਜਾਬ ਚ ਕੀਦੀ ਆਂਦੀ ਹੈ ਰਾਜਪੂਤ ਚ ਵੀ ਡਾਇਨੈਸਟੀ ਹੁਣ ਇਹਦੇ ਚ ਤੁਹਾਨੂੰ ਮੈਂ ਦੱਸਾਂਗੀ ਆ ਦੇਖੋ ਆ ਜਿੰਨਾ ਵੀ ਪਾਸਾ ਦਿਖਾਇਆ ਜਾਂਦਾ ਹੈ ਆ ਸਾਰਾ ਕਿਹਦੇ ਅੰਡਰ ਸੀਗਾ ਜਾ ਚਪੂਤ ਸੈਂਟਰ ਸੀ ਮੈਪ ਦੇ ਥਰੂ ਸਟੱਡੀ ਕਰੋਗੇ ਸੌਖਾ ਹੋ ਜਾਏਗਾ ਦਿੱਲੀ अजमेर ਆ ਸਾਰਾ ਏਰੀਆ ਆ ਜਾਂਦਾ ਹੈ ਪੰਜਾਬ ਵਿੱਚ ਜੋ ਰਾਜਪੂਤ ਦਾ ਮੇਨ ਆ ਜਾਂਦਾ ਹੈ ਉਹ ਸਰਹਿੰਦ ਤੇ ਬਠਿੰਡਾ ਸਿਕਾ ਉਹ ਅਨਾਂ ਦੇ ਮੇਨ ਆ ਜਾਂਦੇ ਆ ਇਵਨ ਜਿਹੜੀ ਬਠਿੰਡਾ ਚ ਬੈਟਲ ਆਫ ਤਰਾਈਨ ਜਿਹੜੀ ਫਾਈਟ ਹੋਈ ਸੀਗੀ ਉਹ ਬਠਿੰਡਾ ਦੇ ਹੀ ਤਰਹਿੰਦ ਮੈਂ ਤੁਹਾਨੂੰ ਇੱਕ ਦੱਸੂਗੀ ਸਾਰਾ ਕਿਹੜੇ ਫੋਟ ਵਿੱਚ ਹੋਈ ਸੀਗੀ ਅੱਜ ਉਸ ਫੋਟ ਦਾ ਨਾਮ ਕੀ ਹੈ ਉਹ ਤੁਸੀਂ ਮੈਨੂੰ ਕਮੈਂਟਸ ਚ ਦੱਸੋਗੇ ਉਹ ਧੀਰੇ ਧੀਰੇ ਆਪਾਂ ਹੁਣੇ ਹੌਲੀ ਹੌਲੀ ਪੜਦੇ ਆ ਪਹਿਲੀ ਚੀਜ਼ ਤੁਸੀਂ ਯਾਦ ਰੱਖਣੀ ਹੈ ਕੀ ਹੋਇਆ ਸੀ ਹਿੰਦੂ ਸ਼ਾਇਡਨੈਸਟੀ ਖਤਮ ਹੋ ਗਈ ਹੁਣ ਫਿਰ ਕੀ ਹੋਇਆ Rajputsa rise ਹੋਇਆ Rajput da rise ਆਪਾਂ ਦੱਸਿਆ ਕਿਸ ਕਿਸ ਏਰੀਆ ਚ ਹੋਇਆ ਸੀ ਪੰਜਾਬ ਵਿੱਚ ਆਪਾਂ ਦੱਸਣਾ ਕਿਹੜੀ ਇੰਪੋਰਟੈਂਟ ਆ ਜਾਂਦੀ ਸੀ ਆਪਣੇ ਕੋਲ ਸਰਹਿੰਦ ਤੇ ਬਠਿੰਡਾ ਆਪਣਾ ਮੇਨ ਆ ਜਾਂਦਾ ਹੁਣ ਉਹਦੇ ਦੋ ਕੈਪੀਟਲ ਟਵਿਨ ਕੈਪੀਟਲਸ ਆ ਜਾਂਦੇ ਨੇ ਕਿਹੜੇ ਆਗੇ ਅਜਮੇਰ ਤੇ ਦਿੱਲੀ ਆ ਮੈਪ ਨੂੰ ਤੁਸੀਂ ਧਿਆਨ ਨਾਲ ਦੇਖੋ ਇਹਦੇ ਵਿੱਚ ਆਪਾਂ ਦੇਖ ਰਿਹਾ ਕਿਧਰੋ ਚਲੋਦਾ ਦੇਖੋ ਉਤਰਾਖੰਡ ਹੋ ਗਿਆ ਆਪਾਂ ਜੋ ਮੇਨ ਫੋਕਸ ਕਰਨਾ ਹੈ ਉਹ ਤੋਮਰ ਤੇ ਚੋਹਾਨ ਵਾਲ ਕਰਨਾ ਹੈ ਪੰਜਾਬ ਵਿੱਚ ਕੌਣ ਸੀਗੇ ਤੋੜਨੇਸਟਿਸ ਤੋਮਰ ਤੇ ਚੋਹਾਨ ਦੀ ਡਾਇਨੇਸਟਿਕਸ ਉਹ ਮੈਂ ਤੁਸੀਂ ਕਰਨ ਲੱਗੋਗੇ ਚਲੋ ਕਿਹਾ ਆ ਜਾਏਗਾ ਰਾਸ਼ਟ੍ਰਗੁਟਾ ਆ ਤੁਹਾਨੂੰ ਬਹੁਤ ਚੰਡੇਲ ਆ ਤੁਹਾਨੂੰ ਸਾਰੇ ਮਿਲ ਜਾਣਗੇ ਧਿਕਸ਼ਨਗੇ ਪਰ ਜੇ ਤੁਸੀਂ ਪੰਜਾਬ ਦੇ ਕੁਐਸਚਨਸ ਪੰਜਾਬ ਦਾ ਟਾਰਗੇਟ ਕਰ ਰਹੇ ਹੋ ਤੁਹਾਨੂੰ ਦੋ ਚੀਜ਼ਾਂ ਯਾਦ ਰੱਖਣੀ ਹੈ ਤੋਮਰ ਤੇ ਚੋਹਾਨਸ ਬਾਰੇ ਪੜਨਾ ਆਪਾਂ ਠੀਕ ਹੈ ਤੋਮਰ ਤੇ ਚੋਹਾਨ ਸੇ ਆਪਾਂ ਕਿੰਨੂ ਪੜ ਰਹੇ ਆ ਪ੍ਰਥਵੀਰਾਜ ਚੋਹਾਨ ਪ੍ਰਥਵੀਰਾਜ ਚੋਹਾਨ ਜੋ ਮੇਨ ਇੱਕ ਤੁਹਾਡਾ ਆ ਜਾਂਦਾ ਹੈ अब सब तो इंपोर्टेंट रूलर आ जाता है हूँ पृथ्वीराज चौहान जो है बहुत स्किल्ड राजा है दसूंगी इसलिए एक छोटा जहां देख लो तीस तो मुहम्मद गौरी बारे मुहम्मद गजनी ने याद है पिछले एपिसोड चतारा बार अटैक किया टोटल ਅੰਨੇ ਮੁਹੰਮਦ ਗਜ਼ਨੀ ਨੇ ਕਿੰਨੀ ਮੁਹੰਮਦ ਗੋਰੀ ਨੇ 31 ਵਾਰ ਅਟੈਕ ਕੀਤਾ ਠੀਕ ਹੈ ਹੁਣ ਆ ਤੁਹਾਡਾ ਉਹੀ ਹੈ ਗੁਰੂਦਮਪਾਇਰ ਤੁਸੀਂ ਦੇਖ ਲੈਣਾ ਮੈਪਸ ਤੁਹਾਨੂੰ ਮੈਂ ਤਾਇਉ ਦਿੱਤੇ ਆ ਜਿਆਦਾ ਕਿ ਤੁਸੀਂ ਇਸ ਤੋਂ ਪਤਾ ਚੱਲ ਜਾਂਦਾ ਕਿ ਜਦੋਂ ਵੀ ਕਿਸੇ ਨੇ ਆ ਸਾਰੇ ਕੌਣ ਸੀਗੇ ਤੁਰਕ ਸੀਗੇ ਅਫਗਾਨਿਸਤਾਨ ਚੋਂ ਜੇ ਇਹਨਾਂ ਨੇ ਆਣਾ ਤੇ ਪੰਜਾਬ ਤੋਂ ਤਾਂ ਐਂਟਰ ਕਰਨਾ ਹੀ ਕਰਨਾ ਨਾ ਤੇ ਪੰਜਾਬ ਤੇ ਤਾਂ ਅਟੈਕ ਕਰਨਗੇ ਹੀ ਕਰਨਗੇ ਕਿੰਨੀ ਵਾਰ ਅਟੈਕ ਕਰ ਰਹੇ ਨੇ ਕਿਹੜੀ ਬੈਟਲ ਜਿੱਤ ਰਹੇ ਨੇ ਕਿੱਦਾਂ ਜਿੱਤ ਰਹੇ ਨੇ ਕੌਣ ਉਸ ਟਾਈਮ ਤੇ ਸੀਗਾ ਆ ਸਾਰੀ ਚੀਜ਼ਾਂ ਯਾਦ ਰੱਖਣੀ ਹੈ ਚੇਨ ਚਾਰ ਚੀਜ਼ਾਂ ਰਿਵਾਈਜ਼ ਕਰ ਲੈਂਦੇ ਆ ਪਹਿਲਾਂ ਹਿੰਦੂਸ਼ਾਹੀ ਡਾਇਨਸਟੀ ਖਤਮ ਮੁਹੰਮਦ ਕੌਣ ਜਿੱਤਿਆ ਸੀ ਲਾਸਟ ਟਾਈਮ ਗਜ਼ਨੀ ਫਿਰ ਕੀ ਆ ਗਿਆ ਰਾਈਸ ਆਫ ਰਾਜਪੂਟਸ ਪੰਜਾਬ ਵਾਲੇ ਪਾਸੇ ਜੋ ਦੋ ਇੰਪੋਰਟੈਂਟ ਆ ਜਾਂਦੀਆਂ ਨੇ ਉਹ ਹੈ ਚੋਹਾਨ ਤੇ ਤੋਮਰ ਫਿਰ ਆਪਾਂ ਪੜਨਾ ਸਰਹਿੰਦ ਤੇ ਬਠਿੰਡਾ ਬਠਿੰਡਾ ਹੀ ਸਪੌਟ ਬਣਿਆ ਸੀਗਾ ਜਿਹਦੇ ਵਿੱਚ ਬੈਟਲ ਆਫ ਥ ਰਾਇਨ 1 ਤੇ ਬੈਟਲ ਆਫ ਥ ਰਾਇਨ 2 ਹੋਈ ਸੀਗੀ ਤਬਰਹਿੰਦ ਫੋਟ ਉਹ ਮੈਂ ਤੁਹਾਨੂੰ ਉਹਦੇ ਬਾਰੇ ਵੀ ਦੱਸਾਂਗੀ ਉਸ ਤੋਂ ਬਾਅਦ ਤੁਸੀਂ ਆਹ ਯਾਦ ਰੱਖਣਾ ਪ੍ਰਥੀਰਾਜ ਚੋਹਾਨ ਐਚ ਤੁਹਾਨੂੰ ਆ ਸਾਰਾ ਤੁਹਾਡੇ ਕੋਲ ਇੱਕ ਡਾਕੂਮੈਂਟੇਸ਼ਨ ਹੈ ਤੁਸੀਂ ਵੀਡੀਓ ਪਾਜ਼ ਕਰਕੇ ਇਹਨੂੰ ਸਕਰੀਨਸ਼ਾਟ ਲੈ ਕੇ ਦੇਖ ਸਕਦੇ ਹੋ ਜਾਂ ਡਾਕੂਮੈਂਟੇਸ਼ਨ ਬਾਅਦ ਚ ਡਾਊਨਲੋਡ ਕਰ ਲੈਣਾ ਪ੍ਰਥੀਰਾਜ ਚੋਹਾਨ ਇੱਕ ਬਹੁਤ ਇੰਪੋਰਟੈਂਟ ਰਾਜਾ ਸੀਗਾ ਰਾਜਪੂਤ ਦਾ ਐਨੇ ਬਹੁਤ ਜ਼ਿਆਦਾ ਤੁਸੀਂ ਪਾਵਰਫੁਲ ਕਹਿ ਸਕਦੇ ਹੋ ਪਲੱਸ ਆਹੀ ਸਿਗਾ ਜਿੰਨੇ ਸਾਰੇ ਰਾਜਪੂਤਸ ਨੂੰ ਇਕੱਠਾ ਕੀਤਾ ਸੀਗਾ ਕਿ ਜੇ ਆਪਾਂ ਮੁਸਲਿਮ ਰੂਲਰਸ ਦੇ ਅਗੇਂਸਟ ਲੜਨਾ ਹੈ ਆਪਾਂ ਨੂੰ ਇਕੱਠੇ ਹੋਣਾ ਪੈਣਾ ਫਿਰ ਇਹਦੇ ਵਿੱਚ ਸ਼ਬਦ ਭੇਦੀ ਟੈਕਨੀਕ ਸ਼ਬਦ ਭੇਦੀ ਟੈਕਨੀਕ ਕੀ ਹੁੰਦੀ ਹੈ ਜਿਸਪੋਜ਼ ਆਪਾਂ ਅੱਖਾਂ ਬੰਦ ਕਰਕੇ ਹਿਰਨ ਦੀ ਆਵਾਜ਼ ਆ ਰਹੀ ਹੈ ਕਿੱਧਰੋਂ ਆ ਰਹੀ ਹੈ ਬਾਣ ਚਲਾਇਆ ਤਾਂ ਉਹਨੂੰ ਮਾਰਤਾ ਇਸ ਤਰ੍ਹਾਂ ਇਹਨੂੰ ਕਹਿੰਦੇ ਆ ਸ਼ਬਦ ਭੇਦੀ ਟੈਕਨੀਕ ਠੀਕ ਹੈ ਉਸ ਤੋਂ ਬਾਅਦ ਤੁਸੀਂ ਮੁਹੰਮਦ ਗੋਰੀ ਬਾਰੇ ਵੀ ਉਹੀ ਚੀਜ਼ਾਂ ਮੈਂ ਸ਼ਾਰਟਸ ਤੋਂ ਦੱਸੀਆਂ ਕਿੱਥੇ ਹੋਇਆ ਸੀ ਬੈਟਲ ਆਫ ਤਰਾਇਨ ਹੋਈ ਸੀ ਵਨ ਬੈਟਲ ਆਫ ਤਰਾਇਨ ਟੂ ਆ ਸਲੇਵਡਨੈਸਟੀ ਦਾ ਆ ਗਿਆ ਨਹੀਂ ਸਟ

ਹੁਣ ਅੱਥੇ ਹੀ ਬੈਟਲ ਆਫ ਤਰਾਇਨ 1 ਬੈਟਲ ਆਫ ਤਰਾਇਨ 2 ਕਰਨੀ ਆਪਾਂ ਡਿਸਕਸ ਹੁਣ ਮੇਨ ਚੀਜ਼ ਸ਼ੁਰੂ ਹੋ ਰਹੀ ਹੈ ਬਹੁਤ ਧਿਆਨ ਨਾਲ ਸੁਣਨਾ ਤੇ ਤੁਹਾਡੇ ਲਈ ਕੁਐਸਚਨ ਹੈ ਜੋ ਕਿ ਕਮੈਂਟਸ ਸર્ચ ਕਰਕੇ ਦੱਸਣਾ ਤਬਰਹਿੰਦ ਫੋਟ ਦਾ ਅੱਜ ਦਾ ਨਾਮ ਕੀ ਆਂਦਾ ਹੈ ਕੀ ਨਾਮ ਹੈ ਅਬਠੰਡਾ ਵਿੱਚ ਹੈ ਤੁਸੀਂ ਵਿਜ਼ਿਟ ਕੀਤਾ ਹੈ ਨਹੀਂ ਕੀਤਾ ਹੈ ਤੁਸੀਂ ਮੈਨੂੰ ਇਹਦਾ ਨਾਮ ਦੱਸਣਾ ਹੈ ਕਮੈਂਟਸ 'ਚ ਕਿਉਂਕਿ ਇਹ ਬਹੁਤ ਇੰਪੋਰਟੈਂਟ ਕੁਐਸਚਨ ਆ ਸਕਦਾ ਹੈ ਤੁਸੀਂ ਇਹਨੂੰ ਜ਼ਰੂਰ ਸਰਚ ਕਰਕੇ ਮੈਨੂੰ ਕਮੈਂਟਸ 'ਚ ਡ੍ਰੌਪ ਕਰੋਗੇ ਮੈਂ ਤੁਹਾਨੂੰ ਦੱਸੂੰਗੀ ਸਹੀ ਹੈ ਕਿ ਗਲਤ ਹੈ ਹੁਣ ਆ ਜਾਂਦੇ ਹਾਂ ਬੈਟਲ ਆਫ ਤਰਾਇਨ 1 ਬਾਰੇ ਡਿਸਕਸ ਕਰਦੇ ਆ ਪਹਿਲੀ ਉਹ ਪ੍ਰਥਵੀਰਾ ਚੋਹਾਨੇ ਦੇ ਜਿੱਤੀ ਸੀ ਬੈਟਲ ਆਫ ਦਾ ਰਾਇਨ ਟੂ ਸੀਗੀ ਉਹ ਮੁਹੰਮਦ ਗੋਰੀ ਨੇ ਜਿੱਤੀ ਸੀਗੀ ਵੰਚ ਕੇ ਹੋਇਆ ਸੀਗਾ ਅਤਬਰਾਹਿੰਦ ਫੋਰਟ ਸੀਗਾ ਹੁਣ ਜੋ ਪਹਿਲਾਂ ਹੀ ਉਹਨਾਂ ਨੇ ਆਉਣਾ ਸ਼ੁਰੂ ਕਰਤਾ ਸੀਗਾ ਜਿਹੜੇ ਆਪਣੇ ਮੁਹੰਮਦ ਗੋਰੀ ਨੇ ਆਪਣੀ ਸੇਨਾ ਲੈ ਕੇ ਪਹਿਲਾਂ ਹੀ ਆ ਰਹੇ ਸੀਗੇ ਤਾਂ ਇਹਨਾਂ ਨੇ ਪ੍ਰਥਵੀਰਾ ਚੋਹਾਨੇ ਕੀਤਾ ਸੀਗਾ ਮੁਹੰਮਦ ਗੋਰੀ ਨੇ ਆ ਸਾਰਾ ਜੋ ਵੀ ਕਿਲਾ ਸੀਗਾ ਇਹਨੂੰ ਕੀਤਾ ਪਹਿਲੀ ਬੈਟਲ ਚ ਉਹ ਹਾਰ ਗਿਆ ਉਹ ਭੱਜ ਗਿਆ ਪਰ ਜੋ ਵੀ ਉਹਦੀ ਸੇਨਾ ਸੀ ਜੋ ਉਹਦੇ ਸੋਲਜਰ ਸੀਗੇ 2000 ਸੋਲਜਰ ਸੀਗੇ ਉਹਨੇ ਉਹਨੂੰ ਉਹਨਾਂ ਨੂੰ ਇਸ ਕਿਲੇ ਦੇ ਅੰਦਰ ਹੀ ਛੱਡਤਾ ਹੁਣ 12 ਸਿਗੇ ਬਾਅਦ ਪਿਥਲਾ ਚਹਾਂਦੀ ਸੇਨਾ ਖੜੀ ਐ ਕਿਲੇ ਦੇ ਅੰਦਰ ਖੜੇ ਨੇ ਆ ਸਾਰੇ ਦੇ ਸਾਰੇ ਮੁਹੰਮਦ ਗੋਰੀ ਦੇ ਜਿੰਨੇ ਵੀ ਸੇਨਾ ਵਾਲੇ ਸੋਲਜਰ ਸਿਗੇ 2000 ਸਿਗੇ 13 ਮਹੀਨੇ ਬੀਤ ਗਏ ਉਹਨਾਂ ਲੱਗਾ ਹੁਣ ਤਾਂ ਨਹੀਂ ਮੁਹੰਮਦ ਜੋ ਵੀ ਆਪਣਾ ਗੋਰੀ ਐ ਉਹ ਵਾਪਸ ਆਣ ਵਾਲਾ ਠੀਕ ਐ ਤੇ ਉਹਨਾਂ ਲੱਗਾ ਕਿ ਚਲੋ ਉਹ ਭੱਜ ਚੁੱਕੇ ਨੇ ਜਿਹੜੀ ਅੰਦਰ ਵਾਲੀ ਸੇਨਾ ਨੇ ਉਹਨਾਂ ਲੱਗਿਆ ਭੁੱਖੇ ਮਰ ਜਾਣਗੇ ਪਰ ਆ ਸਾਰਾ ਇੱਕ ਟ੍ਰੈਪ ਸਿਗਾ ਮੁਹੰਮਦ ਗੋਰੀ ਦਾ ਭਜਣਾ ਵੀ ਟ੍ਰੈਪ ਸਿਗਾ ਆਪਣੇ ਸੋਲਜਰਸ ਨੂੰ ਛੱਡਣਾ ਵੀ ਉਹਦੇ ਵਿੱਚ ਟ੍ਰੈਪ ਸਿਗਾ ਕਿਉਂ ਕਿਉਂਕਿ ਉਹਨੇ ਛੱਡਿਆ 13 ਮਹੀਨੇ ਤੱਕ ਜੋ ਵੀ ਖਾਣਾ ਪੀਣਾ ਸੀਗਾ ਉਹਨਾਂ ਨੇ ਰਿਜ਼ਰਵ ਕਰਕੇ ਰੱਖਿਆ ਸੀ ਸੇਵ ਕਰਕੇ ਰੱਖਿਆ ਸੀ 13 ਮਹੀਨੇ ਉਹ ਸਰਵਾਈਵ ਕਰ ਰਹੇ ਸੀ ਅੰਦਰ ਤੇ ਬਾਹਰ ਨੂੰ ਪਤਾ ਨਹੀਂ ਸੀਗਾ ਹੁਣ ਕਿਲੇ ਦੇ ਅੰਦਰ ਆਣਾ ਵੀ ਬਹੁਤ ਔਖਾ ਹੁੰਦਾ ਜੇ ਤੁਸੀਂ ਕਹਿੰਦੇ ਨਾ ਮੈਮੋ ਕਿਲੇ ਦੇ ਅੰਦਰ ਕਿਉਂ ਨਹੀਂ ਆ ਗਏ ਸੀਗੇ ਅੰਦਰ ਜਾਣਾ ਵੀ ਬਹੁਤ ਔਖਾ ਹੁੰਦਾ ਹੈ ਦਾ ਮਤਲਬ ਤੁਸੀਂ ਆਪਣੇ 10000 ਸੇਨਾ ਦੇ ਲੋਕਾਂ ਨੂੰ ਮਾਰੋਗੇ ਤੇ ਜਿਹੜੇ ਪ੍ਰਥਵੀਰਾ ਚਹਨ ਜੋ ਵੀ ਆਪਣੇ ਲੋਕੀ ਹੁੰਦੇ ਸੀ ਰਾਜਾ ਹੁੰਦੇ ਸੀ ਉਹ ਆਪਣੀ ਸੇਨਾ ਨੂੰ ਬਿਨਾਂ ਮਤਲਬ ਨਾਲ ਮਰਵਾਣਾ ਨਹੀਂ ਚਾਹੁੰਦੇ ਸੀਗੇ ਤਾਂ ਕਰਕੇ ਉਹਨਾਂ ਨੇ ਸੋਚਿਆ ਭੁੱਖੇ ਮਰ ਜਣਗੇ ਅੰਦਰੋਂ ਮੁਹੰਮਦ ਗੋਰੀ ਵਾਪਸ ਨਹੀਂ ਆਏਗਾ ਇਸ ਤਰ੍ਹਾਂ ਆਪਾਂ ਦੂਜੀ ਬੈਟਲ ਜੋ ਵੀ ਹੈ ਉਹਨਾਂ ਨੇ ਇਮੇਜਿਨ ਵੀ ਨਹੀਂ ਕੀਤਾ ਸੀਗਾ ਕਿ ਬੈਟਲ ਆਫ ਤਰਾਇਨ ਦੋ ਵੀ ਹੋਏਗੀ ਫਿਰ ਕੀ ਹੋਇਆ ਜਿਵੇਂ ਜਿਸ ਦਿਨ ਉਹਨਾਂ ਦਾ ਖਤਮ ਹੋਣਾ ਸੀਗਾ ਮੀਲ ਸਭ ਕੁਝ ਉਹਨਾਂ ਨੇ ਰਿਜ਼ਰਵ ਕੀਤਾ ਸੀਗਾ ਮੁਹੰਮਦ ਗੋਰੀ ਆਪਣੀ ਹੋਰ ਸੈਨਾ ਲੈ ਕੇ ਬਾਹਰੋਂ 120000 ਹੋਰ ਲੋਕੀ ਲੈ ਕੇ ਆ ਗਿਆ ਤੇ ਉਹਨਾਂ ਨੇ ਜਿੱਤ ਪਾ ਲਈ ਆ ਬਹੁਤ ਇੰਪੋਰਟੈਂਟ ਜਿੱਤ ਸੀਗੀ ਅਗਰ ਇਸ ਟਾਈਮ ਤੇ ਰਾਜਪੂਤ ਜੇ ਜਾਂਦੇ ਤੇ ਮੁਹੰਮਦ ਗੋਰੀ ਆਹਰੀ ਭੱਜ ਜਾਂਦੇ ਤੇ ਅਗਲੇ 300 ਸਾਲ ਆਪਾਂ ਸੇਵ ਹੋ ਜਾਂਦੇ ਆਪਣੇ ਇੱਥੇ ਕੋਈ ਰੂਲ ਨਾ ਹੁੰਦਾ ਤੇ ਸ਼ਾਇਦ ਆਪਣੇ ਬਹੁਤ ਰੂਲਸ ਆ ਬ੍ਰਿਟਿਸ਼ ਬੱਜ ਜਿੰਨੇ ਵੀ ਆ ਬੱਜ ਜਾਂਦੇ ਪਰ ਚਲੋ ਉਹ ਜੋ ਹੋ ਗਿਆ ਪਹਿਲਾਂ ਆ ਗਿਆ ਬੈਟਲ ਆਫ ਤਰਾਇਨ 1 ਬੈਟਲ ਆਫ ਤਰਾਇਨ 1 ਚ ਕੌਣ ਜਿੱਤਿਆ ਸੀਗਾ ਪ੍ਰਥੀਰਾ ਚਹਾਂ ਜਿੱਤਿਆ ਸੀਗਾ ਮੁਹੰਮਦ ਗੋਰੀ ਭੱਜ ਗਿਆ ਸੀਗਾ ਮੁਹੰਮਦ ਗੋਰੀ ਦਾ ਭਜਣਾ ਵੀ ਇੱਕ Trap ਸੀਗਾ ਐਸ ਤਬਰਹਿੰਦ ਫੋਰਟ ਵਿੱਚ ਉਹਨੇ ਆਪਣੇ 2000 ਸੈਨਿਕਾਂ ਨੂੰ ਛੱਡਤਾ ਸੀਗਾ 13 ਮਹੀਨੇ ਤੱਕ ਉਹਨਾਂ ਨੇ ਸਰਵਾਈਵ ਕੀਤਾ ਸੀਗਾ 13ਵੇਂ ਮਹੀਨੇ ਤੋਂ ਬਾਅਦ ਉਹ ਆਪਣੇ ਮੁਹੰਮਦ ਗੋਰੀ ਦੁਬਾਰਾ ਆ ਗਿਆ 1,20,000 ਦੀ ਸੈਨਾ ਨੂੰ ਲੈ ਕੇ ਆ ਸਾਰੇ ਸੋਲਜਰਸ ਪ੍ਰਪੇਅਰ ਨਹੀਂ ਸੀਗੇ ਨਾਲੇ ਐਨਾ ਕੁਲ ਜਿੰਨੀ ਮਰਜ਼ੀ ਸੇਣਾ ਆ ਲੜਨ ਦੇ ਇੰਨੇ ਉਹ ਨਹੀਂ ਸੀਗੇ ਕਹਿੰਦੇ ਨਾ ਪ੍ਰੈਕਟਿਸ ਹੀ ਨਹੀਂ ਆਨਾਂ ਨੂੰ ਲੜਨ ਦੀ ਤੇ ਜਿਹੜੇ ਮੁਹੰਮਦ ਆ ਗੋਰੀ ਸੀ ਆ ਤਾਂ ਲੜਦੇ ਰਹਿੰਦੇ ਸਿਰਾਂ ਨੂੰ ਪ੍ਰੈਕਟਿਸ ਸੀ ਤਾਂ ਸੈਕੰਡ ਬੈਟਲ ਅਲਾ ਨੇ ਜਿੱਤ ਲਈ ਫਿਰ ਕੀ ਸੀਗਾ ਆਬਵੀਅਸਲੀ ਪਹਿਲੀ ਬੈਟਲ ਰਾਜਪੂਤ ਜਿੱਤ ਗਏ ਦੂਜੀ ਬੈਟਲ ਗੋਰੀ ਜਿੱਤ ਗਿਆ ਤੇ ਅਨੇ 1 ਲੱਖ ਵੀਰ ਆ ਸਾਰੀ ਉਹ ਹੀ ਚੀਜ਼ਾਂ ਮੈਂ ਲਿਖੀਆਂ ਨੇ ਜੋ ਤੁਹਾਨੂੰ ਮੈਂ ਸਟੋਰੀ ਚ ਸੁਣਾ ਚੁੱਕੀ ਆ ਆ ਥੋੜੀ ਦੇਖ ਸਕਦੇ ਹੋ ਚੋਹਾਂਸ ਤੋਮਰ ਜੋ ਮੈਂ ਦੱਸਿਆ ਕਿ ਪੰਜਾਬ ਦੇ ਰੀਜਨ ਵਿੱਚ ਰਾਈਜ਼ ਆਫ ਰਾਜਪੂਤਸ ਕਿਹੜੇ ਕਿਹੜੇ ਪੰਦੇ ਨੇ ਆ ਤੁਹਾਨੂੰ ਏਰੀਆ ਆ ਗਿਆ ਤੁਸੀਂ ਪੜ ਲੈਣਾ ਬੈਟਲ ਆਫ ਤਰਾਇਨ ਉਹ ਹੀ ਚੀਜ਼ਾਂ ਮੈਂ ਦੱਸਿਆ ਨੇ ਕਿਦੇ ਵਿੱਚ ਹੋਈਆਂ ਸੀ ਕਦੋਂ ਹੋਈ ਸੀਗੀ ਕੌਣ ਜਿੱਤਿਆ ਸੀਗਾ ਕੌਣ ਭੱਜ ਗਿਆ ਸੀਗਾ ਬੈਟਲ ਆਫ ਤਰਾਇਨ 2 ਕਿਵੇਂ ਹੋਈ ਸੀਗੀ ਤੇ ਇਹਦੇ ਵਿੱਚ ਕਿਹਨੂੰ ਜਿੱਤ ਪਿਲ ਗਈ ਉਸ ਤੋਂ ਬਾਅਦ ਤੁਰਕਸ ਨੇ 300 ਸਾਲ ਨਾ ਸ਼ੁਰੂ ਕੀਤਾ ਹਾਂ ਸੀ ਅੱਜ ਦੀ ਸਟੋਰੀ ਜੋ ਕਿ ਬਹੁਤ ਛੋਟੀ ਸੀਗੀ ਆਈ ਹੋਪ ਤੁਹਾਨੂੰ ਇੰਟਰਸਟਿੰਗ ਲੱਗੀ ਹੋਵੇ ਬਸ ਛੋਟੇ ਛੋਟੇ ਫੈਕਟਸ ਆਪਾਂ ਇੱਕ ਰਿਵਾਈਸ ਕਰ ਲੈਣੇ ਹਾਂ ਆਪਾਂ ਅੱਜ ਦੇ ਐਪੀਸੋਡ ਚ ਇੰਨੀ ਕੁੱਝ ਚੀਜ਼ਾਂ ਪੜੀਆਂ ਨੇ ਕਿ ਆਪਣਾ ਉਸ ਬਾਅਦ ਮੁਹੰਮਦ ਗੋਰੀ ਕੌਣ ਸੀਗਾ 31 ਸਾਲ ਉਹਨੇ ਕਿਵੇਂ ਕਿਵੇਂ ਕਦੋਂ ਕਦੋਂ ਅਟੈਕ ਕੀਤਾ ਸੀਗਾ ਮੁਹੰਮਦ ਗੋਰੀ ਤੇ ਪ੍ਰਥਾ ਜ चौहान ਦੀ ਲੜਾਈ ਆਪਾਂ ਪੜ੍ਹੀ ਹੈ ਰਾਈਸ ਆਫ ਰਾਜਪੂਤਸ ਬਾਰੇ ਪੜਿਆ ਹੈ ਤੋਮਰ ਤੇ चौहान ਪੰਜਾਬ ਨੂੰ ਲੈ ਕੇ ਇੰਪੋਰਟੈਂਟ ਸੀ ਸਰਹਿੰਦ ਤੇ ਬਠਿੰਡਾ ਜਿਹੜੇ ਮੇਨ ਪਾਰਟਸ ਆ ਜਾਂਦੇ ਨੇ ਫਿਰ ਆਪਾਂ ਤਬਰਹਿੰਦ ਫੋਟ ਬਾਰੇ ਪੜਿਆ ਕਿਵੇਂ ਕਿੰਨੀ ਸੀਨਾ ਛੱੜਤੀ ਸੀਗੀ ਕਿੰਨਾ ਖਾਣਾ ਉਹਨਾਂ ਨੇ ਅਪਰਾ ਸਰਵ ਕੀਤਾ ਸੀਗਾ ਫਿਰ ਸੈਕੰਡ ਬੈਟਲ 'ਚ ਮੁਹੰਮਦ ਗੋਰੀ ਨੇ ਜਿੱਤ ਪਾਈ ਅਗਲਾ ਐਪੀਸੋਡ ਆਏਗਾ ਦਿੱਲੀ ਸਲਤਨਤ ਬਾਰੇ ਉਹਦੇ ਬਾਰੇ ਵੀ ਪੜਾਂਗੇ ਲਾਸਟ ਕੁਐਸਚਨ ਕਮੈਂਟਸ ਤੇ ਡ੍ਰੌਪ ਜ਼ਰੂਰ ਕਰਨਾ ਹੈ ਤਬ੍ਰਿਹਿੰਦ ਫોર્ટ ਦਾ ਅੱਜ ਦਾ ਨਾਮ ਕੀ ਹੈ ਤੁਸੀਂ ਸਰਚ ਕਰਨਾ ਗੂਗਲ ਕਰਨਾ ਤੇ ਮੈਨੂੰ ਕਮੈਂਟਸ ਤੇ ਜ਼ਰੂਰ ਦੱਸਣਾ ਆਈ ਹੋਪ ਤੁਹਾਨੂੰ ਇੰਟਰਸਟਿੰਗ ਲੱਗਾ ਹੋਵੇ ਤੇ ਤੁਹਾਨੂੰ ਆਹ ਹੁਣ ਬੈਟਲ ਆਫ ਦ ਰਾਇਨ 1 ਤੇ ਬੈਟਲ ਆਫ ਦ ਰਾਇਨ 2 ਯਾਦ ਹੋ ਗਈ ਹੋਵੇ ਤੇ ਕੋਈ ਵੀ ਹੋਰ ਕੁਇਰੀ ਹੈ ਤੁਸੀਂ ਡ੍ਰੌਪ ਕਰ ਦੇਣਾ ਕਮੈਂਟਸ ਵਿੱਚ ਆਈ ਹੋਪ ਯੂ ਫਾਈਂਡ ਦ ਲੈਕਚਰਸ ਇੰਟਰਸਟਿੰਗ ਐਂਡ ਕੀਪ ਵਾਚਿੰਗ ਦ ਲੈਕਚਰਸ ਟੇਕ ਕੇਅਰ ਐਂਡ ਹੈਵ ਅ ਨਾਈਸ ਡੇ